ਜਦੋਂ ਮੈਂ ਟ੍ਰੇਨਿੰਗ ਕਰਕੇ ਚਲ ਗਿਆ ਤੇ ਕਾਰਡ ਜਿਹਾ ਮੈਨੂੰ ਆ ਗਿਆ ਇੱਕ ਐਡਾ ਕੁ 15 ਪੈਸਿਆਂ ਦਾ, ਫਲਾਣੇ ਥਾਂ ਜਾ ਕੇ ਤੇ ਡਿਊਟੀ ਜੁਆਇਨ ਕਰ ਲਓ। ਪ੍ਰਾਇਮਰੀ ਸਕੂਲ 'ਚ ਮੈਂ ਉੱਥੇ ਜਾ ਕੇ ਨਵਾਂ ਸਕੂਲ ਖੋਲਿਆ, ਉੱਥੇ ਬੱਚੇ 25 ਗਾਏ ਪਹਿਲੀ ਵਿੱਚ, ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਤੇ ਉਹ ਜਿਹੜੀ ਖਿੱਚ ਸੀ ਨਾ, ਉਹ ਬਣੀ ਹੋਈ ਵੀ ਉਹ ਕਿਸੇ ਤਰ੍ਹਾਂ ਵਾਜਾ ਮਿਲੇ ਜਾਂ ਕਿਸੇ ਤਰ੍ਹਾਂ ਕਿਰਪਾਨ, ਤੇ ਉੱਥੇ ਟ੍ਰੇਨਿੰਗ 'ਚ ਹੀ ਪਾ ਲਈ, ਨਿਤਨੇਮ ਵੀ ਸ਼ੁਰੂ ਹੋ ਗਿਆ। ਤੇ ਫਿਰ ਜੀ ਕਰੇ ਵੀ ਕਿਤੇ ਵਾਜਾ ਮਿਲ ਜੇ। ਫਿਰ ਆਣ ਕੇ ਨਾ ਜਦੋਂ ਕੀਰਤਨ ਸੁਣ ਕੇ ਆਇਆ ਤੇ ਫਿਰ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਜਿਹੜੀ ਸੀ ਉਹ ਅੰਦਰ ਜਾਗਿਆ ਕਰੇ। ਫਿਰ ਮੇਜ ਦੇ ਉੱਤੇ ਆਉਂ ਹੱਥ ਮਾਰ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਫਿਰ ਉਹ ਜਿਹੜੇ ਸ਼ਬਦ ਸੀ ਉਹ ਵੀ ਹੌਲੀ ਹੌਲੀ ਅੰਦਰੇ ਘੁੰਮਦੇ ਰਹਿਣੇ। ਫਿਰ ਮੈਂ 56 ਵਿੱਚ ਪੰਜਾਂ ਪਿਆਰਾਂ 'ਤੇ ਪੇਸ਼ ਹੋ ਕੇ ਇੱਥੇ ਲੁਧਿਆਣੇ ਅਤੇ ਅੰਮ੍ਰਿਤ ਛਕਿਆ। ਅਤੇ ਫਿਰ ਉਹ ਕੀਰਤਨ ਦਾ ਵੀ ਤਾਂ ਸਾਰਾ ਕੁਛ ਹੌਲੀ ਹੌਲੀ ਹੌਲੀ। ਅਤੇ ਮੇਰੀ ਸਿੰਘਣੀ ਮੇਰੇ ਤੋਂ ਪਹਿਲਾਂ ਹੀ ਕੀਰਤਨ ਕਰਦੀ ਸੀ, ਪ੍ਰੀਤਮ ਸੁਣਾ ਦੇ ਨਾਲ, ਡਾਕਟਰ ਪ੍ਰੀਤ ਸੁਣਾ ਦੇ ਨਾਲ, ਸੰਤ ਬਾਬਾ ਹਰਨਾਮ ਸੁਣੀ ਰਾਮਪੁਰ ਖੇੜੇ ਵਾਲੇ, ਭਾਈ ਮਿੰਦਰ ਸੁਣੀ SDO, ਇਹਨਾਂ ਦੇ ਨਾਲ ਉੱਥੇ ਰਾਮਪੁਰ ਖੇੜੇ ਜਾ ਕੇ ਹਰ ਪੁੰਨਿਆ 'ਤੇ ਰੈਣ ਸਭਾਈ ਕੀਰਤਨ ਕਰਦੇ ਸੀ। ਅਤੇ ਸਾਡਾ ਵਿਆਹ 63 'ਚ ਹੋਇਆ। ਜਨਵਰੀ ਵਿੱਚ ਪਟਿਆਲੇ ਸਮਾਗਮ ਸੀ ਅਤੇ ਮੈਂ ਜਨਵਰੀ 'ਚ ਰੀਸੈਂਟਲੀ ਬਦਲ ਕੇ ਮਿਡਲ ਸਕੂਲ 'ਚ ਗਿਆ। ਅਤੇ ਮੇਰਾ ਜੀ ਕਰੇ ਵੀ ਮੈਂ ਪਟਿਆਲੇ ਪਹੁੰਚ ਜਾਵਾਂ। ਅਤੇ ਉਹਨਾਂ ਦਿਨਾਂ ਵਿੱਚ 26 ਜਨਵਰੀ ਆ ਗਈ, ਜਦੋਂ ਕਿ ਉਹ ਝੰਡਾ ਚਲਾਉਣਾ। ਉਹ ਹੈਡਮਾਸਟਰ ਬੜਾ ਨਾਰਾਜ਼ ਵੀ ਇਸ ਦਿਨ ਕਿਸੇ ਨੇ ਨਹੀਂ ਜਾਣਾ, ਇੱਥੇ ਰਹਿਣਾ। ਅਤੇ ਕੁਦਰਤੀ ਕੀਰਤਨ ਉਸੇ ਦਿਨ, ਅਤੇ ਮੈਂ ਇੱਕ ਬਜ਼ੁਰਗ ਸੀ ਬਾਪੂ ਜੀ ਸੀ ਹਜ਼ਾਰਾ ਸਿੰਘ, ਮੈਂ ਉਹਨਾਂ ਨੂੰ ਪੁੱਛਿਆ ਵੀ ਬਾਪੂ ਜੀ ਮੈਂ ਕੀਰਤਨ 'ਤੇ ਜਾਣਾ ਚਾਹੁੰਦਾ ਅਤੇ ਹੈਡਮਾਸਟਰ ਛੁੱਟੀ ਨਹੀਂ ਦਿੰਦਾ। ਕਹਿੰਦੇ ਤੂੰ ਜਾਣਾ, ਤੂੰ ਇੱਕ ਐਪਲੀਕੇਸ਼ਨ ਲਿਖ ਕੇ ਦੇ ਜਾ ਇੱਥੇ। ਹੈਂ, ਮੈਂ ਐਪਲੀਕੇਸ਼ਨ ਦਿੱਤੀ ਵੀ ਮੈਂ ਬਟਾਲੇ ਜਾ ਰਿਹਾ। ਬਟਾਲੇ ਤੋਂ ਫਿਰ ਮੈਂ ਭੇਜ ਦਿੱਤੀ ਵੀ ਮੈਨੂੰ ਪਟਿਆਲੇ ਜਾਣਾ ਪੈ ਗਿਆ। ਮੈਂ ਪਟਿਆਲੇ ਪਹੁੰਚ ਗਿਆ ਜੀ। ਮੈਂ ਪਟਿਆਲੇ ਦੇ ਕੀਰਤਨ ਦਾ ਆਨੰਦ ਮਾਣਿਆ। ਉੱਥੇ ਸਾਡੀ ਸਿੰਘਣੀ ਨੇ ਸ਼ਬਦ ਪੜਿਆ ਜੀ, ਉਦੋਂ 63 ਵਿੱਚ ਕੂਕਾਂ ਪੈ ਗਈਆਂ, ਮਤਲਬ ਜਿਵੇਂ ਇੱਦਾਂ ਬੀਬੀਆਂ ਵਿਰਡੀਆਂ ਵਿਰਡੀਆਂ ਕੀਰਤਨ ਕਰਦੀਆਂ ਸੀ ਉੱਥੇ। ਅਤੇ ਮੈਨੂੰ ਪਤਾ ਲੱਗਾ ਵੀ ਉਹ ਮੇਰੀ ਮੰਗਣੀ ਹੋ ਚੁੱਕੀ ਸੀ ਉਹਦਾ, ਪਰ ਸਾਡੀ ਜ਼ਰੂਰਤ ਨਹੀਂ ਸੀ ਇੱਕ ਦੂਜੇ ਨੂੰ ਕਦੇ ਫਤਿਹ ਫਤਿਹ ਬੁਲਾਉਣ। ਤਾਂ ਉਹ ਕੀਰਤਨ ਤੋਂ ਬਾਅਦ ਫਿਰ ਆਪਾਂ ਆ ਗਏ। ਜਦੋਂ ਮੈਂ ਸਕੂਲੇ ਪਹੁੰਚਿਆ, ਹੈਡਮਾਸਟਰ ਨੇ ਐਡੇ ਵੱਡਾ ਪਰਚਾ ਮੇਰੇ ਗਾੜੀ ਰੱਖ ਦਿੱਤਾ ਅਤੇ ਮੈਨੂੰ ਜਵਾਬ ਤਲਬੀ ਲਿਖ ਦਿੱਤੀ ਮੈਨੂੰ ਵੀ ਤੁਸੀਂ ਕਿਉਂ ਛੱਡ ਕੇ ਗਏ ਸਕੂਲ, ਇੱਥੇ ਤੁਹਾਡੀ ਗਹਿਰਾ ਦੀ ਲੈ ਜਾਂਦੀ ਆ, ਜੇ ਕਰੇ ਤੁਹਾਡੇ ਖਿਲਾਫ ਕਿਉਂ ਨਾ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਮੈਂ ਘਬਰਾ ਗਿਆ ਵੀ ਮੈਂ ਉਹਨਾਂ ਦਾ ਜਵਾਬ ਕੀ ਦੇਵਾਂ, ਮੈਨੂੰ ਤਾਂ ਪਤਾ ਹੀ ਕੁਛ ਨਹੀਂ। ਮੈਂ ਫਿਰ ਉਹਨੂੰ ਬਾਪੂ ਨੂੰ ਜਾ ਕੇ ਆਖਿਆ, ਮੈਂ ਬਾਪੂ ਜੀ ਮੈਨੂੰ ਤਾਂ ਹੈਡਮਾਸਟਰ ਨੇ ਕਈ ਕੁਛ ਲਿਖ ਦਿੱਤਾ, ਮੈਂ ਕੀ ਜਵਾਬ ਦੇਵਾਂ। ਕਹਿੰਦੇ ਅੱਛਾ, ਬਾਪੂ ਜੀ ਸਿਆਣੇ ਸੀ ਬਜ਼ੁਰਗ ਵਿਚਾਰੇ, ਉਹ ਜਾ ਕੇ ਨਾ ਹੈਡਮਾਸਟਰ, ਹੈਡਮਾਸਟਰ ਸਾਹਿਬ ਉਹ ਮੁੰਡਾ ਅਜੇ ਨਵਾਂ ਨਵਾਂ ਆਇਆ, ਉਹਨੂੰ ਪਤਾ ਨਹੀਂ ਹੈਗਾ, ਛੱਡੋ ਪਰੇ, ਫੜ ਕੇ ਹੁਣ ਕਾਗਜ਼ ਪਾੜ ਤੇ। ਨਹੀਂ ਉਹ DSP ਨਹੀਂ ਸੀ, ਨਹੀਂ ਹੋਰ ਸੀ, ਉਹ ਹੋਰ ਸੀ, ਉੱਥੇ ਟੀਚਰ ਲੱਗੇ ਸੀ। ਹਾਂਜੀ ਹਾਂਜੀ, ਉਹਨਾਂ ਨੇ ਪਾੜ ਦਿੱਤੀ ਬਸ ਮੇਰੀ, ਉਹਨਾਂ ਪਾੜ ਦਿੱਤਾ ਬਸ ਆਪਣੇ ਖੁੱਲ੍ਹ ਗਏ ਕੰਮ। ਫਿਰ ਕੀਰਤਨ, ਫਿਰ ਮੁੜ ਕੇ ਉੱਥੋਂ ਮੈਂ ਬਦਲ ਕੇ ਫਿਰ 7 ਸਾਲ ਹੋਰ ਸਕੂਲ 'ਚ ਮਿਡਲ 'ਚ ਰਿਹਾ। ਉੱਥੇ ਵੀ ਬੱਚਿਆਂ ਨਾਲ ਬਸ ਫਿਰ ਰੁੱਝੇ ਰਹਿਣਾ, ਪੜ੍ਹਾਉਂਦੇ ਰਹਿਣਾ, ਬੱਚਿਆਂ ਨੂੰ ਵੀ ਪੜ੍ਹਾਉਂਦੇ ਰਹਿਣਾ। ਜਦੋਂ ਮੈਂ ਸਕੂਲ 'ਚ ਪੜ੍ਹਾਉਂਦਾ ਸੀ ਉਦੋਂ ਵੀ ਬੱਚਿਆਂ ਨਾਲ, ਛੋਟੇ ਛੋਟਿਆਂ ਨਾਲ ਉਹਨਾਂ ਨੂੰ ਬਾਣੀ ਪੜ੍ਹਾਉਣੀ ਗੌਰਮੈਂਟ ਸਕੂਲ 'ਚ। ਅਤੇ 56-57 'ਚ ਉੱਥੇ ਮੇਰੇ ਕੋਲ ਬੱਚੇ ਜਿਹੜੇ ਪੜ੍ਹਦੇ ਸੀ, 7 ਬੱਚੇ ਸੀ ਮੇਰੇ ਕੋਲ ਦੂਸਰੀ 'ਚ, 5ਵੀਂ ਤੱਕ ਜਾਂਦਿਆਂ 5 ਬਾਣੀਆਂ ਦਾ ਪਾਠ ਕਰਨ ਵਾਲਾ ਪਏਗਾ। ਅਤੇ ਛੋਟੇ ਛੋਟੇ ਬੱਚਿਆਂ ਨੂੰ ਫਿਰ ਮੈਂ ਪੜ੍ਹਾਉਣਾ। ਮੈਂ ਇਕੱਲਾ ਹੀ ਉੱਥੇ ਟੀਚਰ ਸੀ ਅਤੇ ਪਿੰਡੋਂ ਆਉਣਾ ਮੈਂ, 3 ਮੀਲ ਸਾਈਕਲ 'ਤੇ ਆਉਣਾ, ਫਿਰ ਜਾਣਾ, ਇਕੱਲੇ ਨਹੀਂ ਪੜ੍ਹਾਉਣਾ।
ਸਾਰਾ ਦਿਨ ਖੜੇ ਰਹਿਣਾ ਉੱਥੇ ਤੇ ਫਿਰ ਮੇਰੇ ਨਾਲ ਇੱਕ ਟੀਚਰ ਹੋਰ ਆ ਗਿਆ ਫਿਰ ਇੱਕ ਹੋਰ ਆ ਗਿਆ ਫਿਰ 6-7 ਸਾਲ ਉੱਥੇ ਗੁਜ਼ਾਰੇ ਬਸ ਉਹਨਾਂ 'ਚੋਂ ਕਈ ਗੱਲਾਂ ਨੇ ਹੁਣ ਬਹੁਤੀਆਂ ਲੰਬੀਆਂ ਕੀ ਕਰਨੀਆਂ ਉਸੇ ਉਹਨਾਂ ਵਿੱਚੋਂ ਹੀ ਉਹ ਇੱਕ ਮੁੰਡਾ ਸੀ ਗੁਰਨਾਮ ਸਿੰਘ ਮੱਲੀ ਜੀ ਅਤੇ ਹੁਣ ਉਹਦੀ ਵਿਚਾਰੇ ਡੈਥ ਹੋ ਗਈ ਉਹਦੇ ਦੋ ਮੁੰਡੇ ਮਰ ਗਏ ਸੀਗੇ ਵਿਚਾਰੇ ਦੇ ਅਤੇ ਉਹਨੂੰ ਹਾਰਟ ਦੀ ਤਕਲੀਫ ਹੋ ਗਈ ਉਹਦੇ ਮਾਤਾ ਪਿਤਾ ਇੰਨੇ ਮਤਲਬ ਥੋੜ੍ਹੀ ਜਿਹੀ ਜ਼ਮੀਨ ਸੀਗੀ ਅਤੇ ਪਿੰਡ ਵਿੱਚ ਕਰਦੇ ਸੀ ਚਾਰ ਲੜਕੇ ਸੀ ਤਿੰਨ ਲੜਕੀਆਂ ਚਾਰ ਲੜਕੀਆਂ ਸੀ ਚੰਗਾ ਪਰਿਵਾਰ ਸੀ ਅਤੇ ਉਹਨਾਂ ਦੇ ਮਨ 'ਚ ਖਾਸ਼ ਆਈ ਵੀ ਅਸੀਂ ਅੰਮ੍ਰਿਤ ਛਕੀਏ ਅਤੇ ਦਸੂਏ ਸਾਡੇ ਪ੍ਰੋਗਰਾਮ ਸੀ ਜੀ ਉਹਨਾਂ ਨੇ ਮਹਾਰਾਜ ਨੇ ਇੰਨੀ ਹਿੰਮਤ ਦਿੱਤੀ ਵੀ ਤੁਰ ਕੇ ਦਸੂਏ ਗਏ ਇੱਧਰੋਂ ਧਾਰੀਵਾਲੋਂ ਹੈਂ ਦਸੂਆ ਬਹੁਤ ਸਾਰਾ ਦਿਨ ਲੱਗ ਗਿਆ ਉਹਨਾਂ ਨੂੰ ਤੁਰ ਕੇ ਜਾਂਦਿਆਂ ਉੱਥੇ ਦਸੂਆ ਵਿੱਚ ਦਰਿਆ ਪੈਂਦਾ ਵਿੱਚ ਦਰਿਆ ਪੈਂਦਾ ਜੀ ਬਿਆਸ ਉੱਥੇ ਦੋ ਦੋ ਘੰਟੇ ਬੇੜੀ 'ਚ ਉਡੀਕਣਾ ਪੈ ਜਾਂਦਾ ਸੀਗਾ ਫਿਰ ਉੱਥੋਂ ਜੇ ਤੇ ਮਕੇਰੀਆਂ ਥਾਣੀ ਜਾਈਏ ਤੇ 15 ਮੀਲ ਮਕੇਰੀਆਂ ਤੇ 10 ਮੀਲ ਦਸੂਆ ਹੁਣ ਤੇ 1.25 ਘੰਟੇ 'ਚ ਚੱਲ ਜਾਂਦਾ ਬੱਸ 'ਤੇ ਬੰਦਾ ਉਦੋਂ ਸਾਰਾ ਸਾਰਾ ਦਿਨ ਲੱਗਦਾ ਸਾਨੂੰ ਸਾਈਕਲ ਤੇ ਜਾਣਾ ਤਾਂ ਸਾਰਾ ਦਿਨ ਲੱਗ ਜਾਣਾ ਤੇ ਉਹ ਵਿਚਾਰੇ ਤੁਰ ਕੇ ਪਹੁੰਚੇ ਜੀ ਉੱਥੇ ਜਿਉਂ ਤੁਰੇ ਰਾਤ ਨੂੰ ਕਿਤੇ ਅੰਮ੍ਰਿਤ ਸੰਚਾਰ ਸੀ ਅੰਮ੍ਰਿਤ ਛੱਕ ਕੇ ਉਹ ਆ ਗਏ ਦਸਤਾਰ ਸਜਾ ਲਈ ਬੀਬੀ ਨੇ ਤੇ ਮੇਰੀ ਡਿਊਟੀ ਲੱਗ ਗਈ ਉੱਥੇ ਸੈਂਸਸ ਦੀ ਪਿੰਡ ਦੇ ਵਿੱਚ ਤੇ ਮੇਰਾ ਵੀ ਉਦੋਂ ਨਵਾਂ ਨਵਾਂ ਚੜਿਆ ਸੀ ਰੰਗ ਤੇ ਮੈਂ ਕਿਤੋਂ ਖਾਣਾ ਨਹੀਂ ਕਿਤੇ ਪੀਣਾ ਨਹੀਂ ਕੁਛ ਵੀ ਨਹੀਂ ਤੇ ਸਾਰਾ ਦਿਨ ਮੈਨੂੰ ਲੰਘ ਗਿਆ ਤੇ ਸਾਰੇ ਪਿੰਡ ਵਿੱਚ ਉਹ ਸੈਂਸ ਦਾ ਕੰਮ ਕਰਦਿਆਂ ਤੇ ਮੈਂ ਉੱਧਰ ਆਇਆ ਮੈਂ ਕਿਹਾ ਬੀਬੀ ਬਹੁਤ ਭੁੱਖ ਲੱਗ ਗਈ ਹੈਂ ਉਸ ਵਿਚਾਰੀ ਨੇ ਕਾਹਲੀ ਕਾਹਲੀ 'ਚ ਮੋਟੇ ਮੋਟੇ ਚੌਲ ਸੀਗੇ ਉਹ ਰਿੰਨੇ ਮੋਟੇ ਚੌਲ ਹਾਂਜੀ ਚੌਲ ਰਿੰਨ ਕੇ ਨਾ ਤੇ ਮੇਰੇ ਗਾੜੀ ਥਾਲੀ 'ਚ ਪਾ ਕੇ ਰੱਖ ਦਿੱਤੇ ਨਾ ਘਰ ਵਿੱਚ ਮਿੱਠਾ ਅਤੇ ਨਾ ਘਰ ਵਿੱਚ ਲੂਣ ਇਤਨੀ ਗਰੀਬੀ ਦੇ ਦਿਨ ਫਿਰ ਨੱਠ ਕੇ ਗਈ ਕਿਤੋਂ ਜਾ ਕੇ ਥੋੜ੍ਹੀ ਜਿਹੀ ਸ਼ੱਕਰ ਲਿਆਈ ਅਤੇ ਉਹਦੇ ਨਾਲ ਮੈਂ ਉਹ ਚੌਲ ਖਾਧੇ ਖੈਰ ਉਹਨਾਂ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਫਿਰ ਉਹ ਮੁੰਡਾ ਜਿਹੜਾ ਸੀ ਨਾ ਬੜਾ ਮਹਾਰਾਜ ਦੀ ਬਖਸ਼ਿਸ਼ ਨਾਲ ਉਹ ਫੂਡ ਐਂਡ ਸਪਲਾਈ ਵਿੱਚ ਮਸ ਅਸਿਸਟੈਂਟ ਡਾਇਰੈਕਟਰ ਹੋ ਕੇ ਰਿਟਾਇਰ ਹੋਇਆ